ਮੇਰੇ ਵੱਲੋਂ ਸਾਰੇ ਭੈਣਾਂ ਵਾਲੇ ਜੈ ਮਸੀਹ ਦੀ। ਮੇਰਾ ਨਾਮ ਕਰਮਜੀਤ ਕੁਮਾਰ ਆ ਅਤੇ ਮੈਂ ਸ਼ਹਿਰ ਦਰਾਹੇ ਦਾ ਰਹਿਣ ਵਾਲਾ। ਅਤੇ ਇੱਕ ਛੋਟੀ ਟੈਸਟਮਨੀ ਜੇ ਮੈਨੂੰ ਮੌਕਾ ਮਿਲਿਆ ਦੇਣ ਦਾ ਅਤੇ ਮੈਂ ਦੇਣਾ ਚਾਹਾਂਗਾ। ਪਰਮੇਸ਼ੁਰ ਨੂੰ ਮੈਂ ਨਹੀਂ ਜਾਣਦਾ ਸੀ ਕੌਣ ਹੈ। ਮੈਂ ਸੰਨ 2001 ਦੇ ਵਿੱਚ ਉਹਨੂੰ ਜਾਣਿਆ ਅਤੇ 35 ਕੁਛ ਚਰਚ ਦੇ ਵਿੱਚ ਅਸੀਂ ਜਾਂਦੇ ਹੁੰਦੇ ਸੀਗੇ ਸ਼ਹਿਰ ਦਰਾਹੇ ਦੇ ਵਿੱਚ। ਅਤੇ ਕੁਛ ਸਾਲ ਉੱਥੇ ਅਸੀਂ ਜਾਂਦੇ ਰਹੇ ਅਤੇ ਮੈਂ ਫੈਕਟਰੀ ਵਿੱਚ ਕੰਮ ਕਰਦਾ ਰਿਹਾ ਅਤੇ ਇੱਕ ਸ਼ਖਸ ਨਾਲ ਮੇਰੀ ਮੁਲਾਕਾਤ ਹੁੰਦੀ ਹੈ, ਭਾਈ ਲਵਲੀ ਨਾਲ। ਅਤੇ ਜਦ ਇਹਨਾਂ ਨਾਲ ਮੇਰੀ ਮੁਲਾਕਾਤ ਹੋਈ ਤਾਂ ਦੋ ਗੱਲਾਂ ਨੂੰ, ਸਵਾਲ ਨੂੰ ਲੈ ਕੇ ਮੇਰੀ ਗੱਲਬਾਤ ਅੱਗੇ ਵਧੀ। ਇੱਕ ਬਪਤਿਸਮੇ 'ਤੇ ਅਤੇ ਦੂਜੀ ਕ੍ਰਿਸਮਿਸ 'ਤੇ, 25 ਦਸੰਬਰ ਜੋ ਲੋਕ ਮਨਾ ਰਹੇ ਨੇ। ਤੋ ਜਦ ਇਹਨਾਂ ਨੇ ਮੈਨੂੰ ਦੱਸਿਆ ਤਾਂ ਬੱਚਨ ਨੇ ਮੈਨੂੰ ਟੱਚ ਕੀਤਾ ਅਤੇ ਮੈਂ ਬੱਚਨ 'ਤੇ ਵਿਸ਼ਵਾਸ ਕੀਤਾ। ਅਤੇ ਉੱਥੇ ਪਾਸਟਰ ਨਾਲ ਮੈਂ ਗੱਲਬਾਤ ਕੀਤੀ, ਉਹ ਕਹਿੰਦਾ ਨਹੀਂ, ਬਪਤਿਸਮਾ ਤੇਰਾ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਅਹੁਦਿਆਂ ਦੇ ਵਿੱਚ। ਮੈਂ ਨਹੀਂ, ਇਹ ਗਲਤ ਆ, ਵੀ ਚੇਲੇ ਜਿਹੜੇ ਬਪਤਿਸਮਾ ਦੇ ਰਹੇ ਉਹ ਸਹੀ ਆ। ਅਤੇ ਮੈਂ ਉੱਥੇ ਜਾਣਾ ਛੱਡ ਦਿੱਤਾ। ਉਸ ਤੋਂ ਬਾਅਦ ਮੈਂ ਮਾਛੀਵਾੜੇ ਆਉਣਾ ਸ਼ੁਰੂ ਕੀਤਾ, ਜਿਸ ਦਾ ਪਾਸਟਰ ਡੇਵਨ ਮਸੀਹ ਸੀਗਾ। ਉਸ ਟਾਈਮ ਦੇ ਵਿੱਚ ਮੇਰੇ ਕੋਲ ਸਾਈਕਲ ਹੁੰਦਾ ਸੀ ਅਤੇ ਸਾਈਕਲ 'ਤੇ ਹੀ ਮੈਂ ਆਪਣੇ ਪਿੰਡ ਤੋਂ ਮਾਛੀਵਾੜੇ ਜਾਂਦਾ ਸੀ, ਜਿਹਦਾ ਸਫ਼ਰ ਮੈਨੂੰ ਤਕਰੀਬਨ 28 ਕਿਲੋਮੀਟਰ ਪੈਂਦਾ ਸੀ ਇੱਕ ਪਾਸੇ ਦਾ। ਅਤੇ ਮੈਂ ਅਤੇ ਮੇਰੀ ਪਤਨੀ ਸਾਈਕਲ 'ਤੇ ਜਾਂਦੇ ਹੁੰਦੇ ਸੀਗੇ। ਅਤੇ ਕੁਛ ਸਮੇਂ ਅਸੀਂ ਜਾਂਦੇ ਰਹੇ ਅਤੇ ਜਿੱਦਾਂ ਭਾਈਆਂ ਨੇ ਦੱਸਿਆ, ਉਹਦੇ ਕੋਲ ਇੱਕ ਕਲਾ ਸੀਗੀ ਕਿ ਕਿੱਦਾਂ ਚੀਜ਼ਾਂ ਜਾਂ ਸਮਾਨ ਉਹਨੇ ਲੈਣਾ ਵਾ। ਅਤੇ ਉਹ ਇੱਕ ਆਇਤ ਨੂੰ ਲੈ ਕੇ ਜਦੋਂ ਉਸਨੂੰ ਲੋੜ ਪੈਂਦੀ ਸੀ ਉਦੋਂ ਇੱਕ ਆਇਤ ਉਹਨੂੰ ਲੈਂਦਾ ਹੁੰਦਾ ਸੀ। ਉਹਨੇ ਕੀ ਇੱਕ ਆਇਤ ਲਈ ਕਿ ਦੋ ਤਾਂ ਤੁਹਾਨੂੰ ਵੀ ਦਿੱਤਾ ਜਾਏਗਾ। ਦਸਵੰਧ ਤਾਂ ਸਭ ਲੋਕ ਦਿੰਦੇ ਹੀ ਸੀਗੇ, ਬਕਾਇਦਾ ਉਹਦੇ 'ਤੇ ਉਹ ਨਾਮ ਲਿਖਾਉਂਦਾ ਹੁੰਦਾ ਜੀ ਕਿਹਨੇ ਕਿੰਨਾ ਦਿੱਤਾ ਵਾ, ਅਤੇ ਦੋ ਤਾਂ ਤੁਹਾਨੂੰ ਦਿੱਤਾ ਜਾਏਗਾ। ਅਸੀਂ ਉਹਨੂੰ ਪੁੱਛਿਆ, ਭਾਈ ਜੀ ਕੀ ਲੈ ਕੇ ਆਇਆ? ਕਹਿੰਦਾ ਤੁਸੀਂ ਖਾਲੀ ਹੱਥ ਲਾਉਂਦੇ ਹੋ, ਚਰਚ ਵਿੱਚ ਆ ਜਾਂਦੇ ਹੋ, ਕੁਛ ਲੈ ਕੇ ਆਉਂਦੇ ਨਹੀਂ। ਮੈਂ ਕਿਹਾ ਜੀ ਕੀ ਲੈ ਕੇ ਆਈਏ? ਕਹਿੰਦਾ ਤੁਹਾਡੇ ਘਰ ਵਿੱਚ ਕੀ ਹੁੰਦਾ ਹੈ? ਮੈਂ ਕਿਹਾ ਜੀ ਸਭ ਕੁਛ ਹੁੰਦਾ। ਕਹਿੰਦਾ ਤੁਸੀਂ ਰਿਸ਼ਤੇਦਾਰੀ 'ਚ ਜਾਂਦੇ ਹੋ? ਕਹਿੰਦਾ ਉੱਦਾਂ ਹੀ ਚਰਚ ਲੈ ਜਾਂਦੇ ਹੋ ਖਾਲੀ ਹੱਥ? ਮੈਂ ਕਿਹਾ ਨਹੀਂ ਜੀ, ਕੁਛ ਲੈ ਕੇ ਜਾਂਦੇ ਹੋ। ਮੈਂ ਕਿਹਾ ਹਾਂਜੀ। ਕਹਿੰਦਾ ਫਿਰ ਕੁਛ ਲੈ ਕੇ ਆਇਆ ਕਰੋ। ਮੈਂ ਕਿਹਾ ਜੀ ਕੀ ਲਿਆਈਏ? ਕਹਿੰਦਾ ਕੁਛ ਵੀ ਲਿਆਓ ਯਾਰ। ਕਹਿੰਦਾ ਆਟਾ, ਦਾਲ, ਚੀਨੀ, ਘਿਓ, ਕੁਛ ਵੀ ਲਿਆਓ। ਮੈਂ ਕਿਹਾ ਅੱਛਾ ਜੀ। ਤੋ ਸਾਰੀ ਕਲੇਸ਼ੀਆਂ ਨੂੰ ਉਹਨੇ ਸਾਰਾ ਸਮਾਨ ਲਿਆਉਣ ਲਾ ਤਾ ਜੀ। ਕੋਈ ਆਟਾ ਲਿਆ ਰਿਹਾ 2 ਕਿਲੋ, ਕੋਈ ਚੀਨੀ ਲਿਆ ਰਿਹਾ, ਕੋਈ ਘਿਓ ਲਿਆ ਰਿਹਾ। ਅਤੇ ਉਹ 'ਚ ਕੀ ਕਹਿੰਦਾ ਜੀ, ਠੀਕ ਹੈ ਤੁਸੀਂ ਲਿਆਉਣ ਲੱਗ ਗਏ, ਫਿਰ ਕਹਿੰਦਾ ਆਪਣੇ ਨਾਮ ਦੀ ਪਰਚੀ ਲਿਖ ਕੇ ਇਹਦੇ 'ਚ ਪਾਇਆ ਕਰੋ, ਕਿਹੜਾ ਮੈਨੂੰ ਪਤਾ ਲੱਗੇ ਕਿਹੜਾ ਵਿਅਕਤੀ ਕੀ ਲੈ ਕੇ ਆ ਰਿਹਾ ਵਾ। ਅਤੇ ਉਹਨੇ ਸਾਰਾ ਸਮਾਨ ਬੋਰੀ 'ਚ ਭਰਨਾ, ਘਰ ਲੈ ਜਾਣਾ, ਇੱਦਾਂ ਚੱਲਦਾ ਰਿਹਾ। ਸਬਜ਼ੀ ਤੱਕ ਲੋਕ ਉਹਦੇ ਚਰਚ ਵਿੱਚ ਲਿਆਉਂਦੇ ਰਹੇ ਉਹਦੇ ਲਈ, ਇੰਨਾ ਭੁੱਖਾ ਉਹ ਲੋਕ ਬੰਦਾ ਸੀਗਾ। ਉਸ ਤੋਂ ਬਾਅਦ ਚਰਚ ਅੱਗੇ ਵੱਧਦਾ ਰਿਹਾ, ਅਸੀਂ ਵੀ ਜਾਂਦੇ ਰਹੇ। ਸਲਾਵਾਂ ਕਿਸੇ ਚੀਜ਼ ਦਿੰਦੇ ਸੀ? ਪੁੱਠੀਆਂ ਸਲਾਵਾਂ ਦਿੰਦਾ ਸੀਗਾ ਮੈਨੂੰ। ਕਿਉਂ ਕਹਿੰਦਾ ਤੂੰ ਸਾਈਕਲ 'ਤੇ ਆਉਂਦਾ ਵਾ ਅਤੇ ਔਖਾ ਤੇਰੇ ਲਈ, ਤੂੰ ਇੱਦਾਂ ਕਰ ਇੱਕ ਸਕੂਟਰੀ ਲੈ ਲਾ ਕਿਸੇ ਕੋਲੋਂ ਪੁਰਾਣੀ ਕਬਾੜ 'ਚੋਂ, ਅਤੇ ਉਹਦੇ ਪਿੱਛੇ ਨਾ ਇੱਕ ਰੇੜਾ ਲਾ ਲਾ, ਰਿਕਸ਼ਾ ਰੇੜਾ, ਅਤੇ ਬੱਚਿਆਂ ਨੂੰ ਬਿਠਾ ਕੇ ਉਹ 'ਚ ਲਿਆਇਆ ਕਰ। ਮੈਨੂੰ ਬੜਾ ਅਜੀਬ ਜਿਹਾ ਲੱਗਿਆ ਯਾਰ, ਇੱਕ ਮਾਲ ਆਪ ਗੱਡੀ ਲਈ ਫਿਰਦਾ, ਮੈਨੂੰ ਰੇੜਾ ਕਹਿੰਦਾ ਵਾ ਲੈ ਕੇ ਆਇਆ ਕਰ। ਅਤੇ ਮੈਂ ਨਹੀਂ ਯਾਰ, ਮੈਨੂੰ ਬੜੀ ਉਹ ਲੱਗੀ ਗੱਲ ਜੀ। ਮੈਂ ਕਿਹਾ ਨਹੀਂ ਯਾਰ, ਜੇ ਮੈਂ ਪਰਮੇਸ਼ੁਰ ਨੇ ਮੈਨੂੰ ਦੇਣਾ ਹੀ ਹੈ ਤਾਂ ਕੋਈ ਗੱਲ ਨਹੀਂ, ਉਹ ਮੈਨੂੰ ਜ਼ਰੂਰ ਬਰਕਤ ਦੇਵੇਗਾ। ਅਤੇ ਕੁਛ ਸਾਲ ਬਾਅਦ ਮੈਂ ਇੱਕ ਮੋਟਰਸਾਈਕਲ ਨਿਊ ਕਢਾਇਆ ਅਤੇ ਅਸੀਂ ਉਹਦੇ 'ਤੇ ਜਾਣ ਲੱਗ ਗਏ। ਅਸੀਂ ਇਸ ਮਿਨਿਸਟਰੀ ਨੂੰ ਜਦ ਜਾਣਿਆ, ਭਾਈ ਲਵਲੀ ਦੇ ਦੁਆਰਾ, ਮੈਂ ਭਾਈ ਲਵਲੀ ਦਾ ਪਰਮੇਸ਼ੁਰ ਲਈ ਧੰਨਵਾਦ ਕਰਦਾ ਹਾਂ। ਮੈਂ ਉਸ ਵਚਨ ਨੂੰ ਵੀ ਭਾਈ ਲਵਲੀ ਦੇ ਦੁਆਰਾ ਜਾਣਿਆ ਅਤੇ ਇਸ ਮਿਨਿਸਟਰ ਨੂੰ ਵੀ ਭਾਈ ਲਵਲੀ ਦੇ ਦੁਆਰਾ ਜਾਣਿਆ। ਅਤੇ ਕਾਫੀ ਟਾਈਮ ਅਸੀਂ ਜਾਂਦੇ ਰਹੇ। ਇਸ ਜਦੋਂ ਅਸੀਂ ਇੱਥੇ ਆਉਣ ਲੱਗ ਪਏ ਫਗਵਾੜੇ, ਤਾਂ ਭਾਈ ਲਵਲੀ ਤੋਂ ਬਹੁਤ ਜਲਦਾ ਸੀ ਉਹ।
ਮੈਂ ਭਾਈ ਲਵਲੀ ਤੋਂ ਕਾਫੀ ਸਾਲਾਂ ਤੋਂ ਜਾਣਦਾ ਹਾਂ। ਭਾਈ ਲਵਲੀ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਜੇ ਦੁਰਾਹੇ ਆਏ ਸੀਗੇ, ਇਹਨਾਂ ਕੋਲ ਮੰਜਾ ਵੀ ਨਹੀਂ ਸੀਗਾ, ਅਤੇ ਕਾਫੀ ਕਰੀਬ ਤੋਂ ਮੈਂ ਭਾਈ ਲਵਲੀ ਨੂੰ ਜਾਣਦਾ, ਅਤੇ ਇਹ ਤੋਂ ਇੰਨਾ ਜਲਦਾ ਹੁੰਦਾ ਸੀ, ਬਹੁਤ ਜ਼ਿਆਦਾ ਮੈਨੂੰ ਇਹਦੇ ਖਿਲਾਫ਼ ਭੜਕਾਉਂਦਾ ਸੀ ਭਾਈ ਲਵਲੀ ਦੇ, ਕਹਿੰਦਾ ਉਹਦੇ ਮਗਰ ਨਾ ਜੀ, ਉਹਦੇ ਮਗਰ ਸ਼ੈਤਾਨ ਲੱਗਿਆ ਆ। ਮੈਂ ਆਪਣੇ ਮਨ 'ਚ ਕਹਿਣਾ ਮੈਂ ਸ਼ੈਤਾਨ ਉਹਦੇ ਮਗਰ ਤਾਂ ਹੈ ਨਹੀਂ, ਪਰ ਤੇਰੇ ਮਗਰ ਜ਼ਰੂਰ ਆ, ਤੈਨੂੰ ਜ਼ਰੂਰ ਫੜੇਗਾ ਕਿਤੇ ਨਾ ਉਹ। ਅਤੇ ਭਾਈ ਲਵਲੀ ਨੇ ਇੱਕ ਵਾਰੀ ਜਦੋਂ ਅਸੀਂ ਕਾਫੀ ਜ਼ਿਆਦਾ ਲੱਗਣ ਲੱਗ ਗਿਆ ਸੀ, ਚਰਚ ਖਤਮ ਹੋ ਜਾਣਾ, ਅਤੇ ਜਦੋਂ ਲਾਸਟ ਗੀਤ ਚੱਲਦਾ ਸੀ ਉਹ ਤੋਂ ਹੀ ਭਾਈ ਲਵਲੀ ਚਲੇ ਜਾਂਦੇ ਸੀ, ਮੈਂ ਵੀ ਨਿਕਲ ਜਾਂਦਾ ਸੀ, ਅਨੇ ਹਾਲਾਤ ਖਰਾਬ ਹੋਏ ਸੀ। ਉਸ ਵਿਅਕਤੀ ਦੇ ਕਰਕੇ ਮੇਰੇ ਨਾਲ ਜਿਹੜੇ ਦਰਾਹੇ ਤੋਂ ਬੰਦੇ ਆਉਂਦੇ ਸੀਗੇ, ਕਾਫੀ ਬੰਦੇ ਸੀ, ਉਹ ਪਿੱਛੇ ਹਟ ਗਏ ਸੀ ਉਸ ਆਦਮੀ ਦੇ ਕਰਕੇ। ਉਹਦਾ ਐਟੀਟਿਊਡ, ਉਹਦਾ ਬਿਹੇਵ ਬਹੁਤ ਜ਼ਿਆਦਾ ਖਰਾਬ ਸੀਗਾ। ਫਿਰ ਉਸ ਤੋਂ ਬਾਅਦ ਅਸੀਂ ਇੱਥੇ ਆਉਣਾ ਸ਼ੁਰੂ ਹੋਏ, ਸਾਨੂੰ ਉਹਨੇ ਬਹੁਤ ਜ਼ਿਆਦਾ ਭੜਕਾਉਣਾ ਉਹ ਕਰਨਾ, ਅਸੀਂ ਉਹਦੀ ਇੱਕ ਨਹੀਂ ਸੁਣੀ, ਪਰ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਇਸ ਮਿਨਿਸਟਰੀ ਦੇ ਲਈ, ਜਿਹਦੇ ਵਿੱਚ ਬੈਠ ਕੇ ਮੈਂ ਸੱਚ ਜਾਣਿਆ ਸੱਚ ਕੀ ਹੈ। ਅਤੇ ਭਾਈ ਲਵਲੀ ਦੇ ਲਈ ਮੈਂ ਧੰਨਵਾਦ ਕਰਦਾ, ਭਾਈ ਸੁਲੇਮਾਨ ਲਈ, ਭਾਈ ਅੰਮ੍ਰਿਤਵੀਰ ਲਈ, ਭਾਈ ਪ੍ਰਦੀਪ ਲਈ, ਇਹ ਸੱਚੇ ਸੇਵਾਦਾਰ ਨੇ ਇਸ ਮਿਨਿਸਟਰੀ ਦੇ, ਜਿਹੜੇ ਇਲਜ਼ਾਮ ਉਹਨੇ ਲਗਾਏ ਹਨ ਭਾਈ ਲਵਲੀ ਦੇ, ਭਾਈ ਅੰਮ੍ਰਿਤਵੀਰ 'ਤੇ, ਉਹ ਸਭ ਝੂਠ ਹਨ, ਉਹਦੇ ਵਿੱਚ ਕੁਝ ਵੀ ਸੱਚ ਨਹੀਂ ਹੈਗਾ, ਸਾਰੇ ਝੂਠੇ ਹਨ ਉਹ। ਜੇ ਉਹ ਅੱਜ ਗੱਲਾਂ ਕਰਦਾ ਹੈ ਕਿ ਮੈਂ ਸਟੱਡੀ ਕੀਤੀ ਆ, ਕੀਤੀ ਉਹ ਕੀਤੀ ਆ, ਜੇ ਸਟੱਡੀ ਕਰਨ ਨਾਲ ਇਹ, ਜੇ ਪੜ੍ਹਾਈ ਲਿਖਾਈ ਦੁਆਰਾ ਨਾਲ ਇਹ ਪ੍ਰਕਾਸ਼ਨ ਮਿਲਦਾ ਹੁੰਦਾ, ਤਾਂ ਮੈਂ ਭੈਣ ਭਰਾ ਉਹ ਬਿਲਕੁਲ ਅਨਪੜ੍ਹ ਹਾਂ, ਮੈਂ ਪੜ੍ਹਨਾ ਲਿਖਣਾ ਨਹੀਂ ਜਾਣਦਾ, ਫਿਰ ਮੇਰੇ ਵਰਗਾ ਆਦਮੀ ਤਾਂ ਨਰਕ ਚਲੇ ਜਾਂਦਾ, ਮੇਰੇ ਤੱਕ ਇਹ ਸੱਚੇ ਕਿੱਦਾਂ ਪਹੁੰਚਦੀ, ਮੈਂ ਤਾਂ ਬਿਲਕੁਲ ਵੀ ਨਹੀਂ ਜਾਣ ਸਕਦਾ ਜੀ ਇਸ ਨੂੰ। ਜਦਕਿ ਮੈਂ ਇੱਕ ਗੱਲ ਜਾਣੀ ਆ ਕਿ ਜਿਹਦੇ ਕੰਨ ਹਨ ਸੌ ਸੁਣੇ ਆਤਮਾ ਕਲੀਸਿਆਂ ਨੂੰ ਕੀ ਆਖਦਾ ਹੈ, ਤਾਂ ਮੇਰੇ ਕੰਨਾਂ ਨੇ ਆਵਾਜ਼ ਸੁਣੀ ਹੈ, ਤਾਂ ਉਹ ਆਵਾਜ਼ ਸੁਣ ਕੇ ਮੈਂ ਪਿੱਛੇ ਪਿੱਛੇ ਹੋ ਤੁਰਾਂ ਜਿਹਦੇ। ਫਿਰ ਪਰਮੇਸ਼ਰ ਨੇ ਆਖਿਆ ਮੇਰੀ ਭੇਡ ਮੇਰੀ ਆਵਾਜ਼ ਪਹਿਚਾਣੇਗੀ ਤਾਂ ਮੇਰੇ ਪਿੱਛੇ ਹੋ ਤੁਰੇਗੀ, ਤਾਂ ਮੈਂ ਉਹ ਆਵਾਜ਼ ਪਹਿਚਾਣੀ ਹੈ। ਮੈਂ ਜਿਹੜਾ ਵੀ ਪ੍ਰਕਾਸ਼ਨ ਪਾਇਆ ਸੁਣਨ ਦੇ ਦੁਬਾਰਾ ਪਾਇਆ, ਉਹਦੇ ਸੁਣਨ ਵਾਲੇ ਕਾਨੇ ਹੈ ਨਹੀਂ ਸੀ, ਉਹ ਬੋਲਾ ਬਣ ਕੇ ਇੱਥੇ ਬੈਠਾ ਰਿਹਾ ਇੰਨੇ ਸਾਲ, ਜੇ ਕਿਤੇ ਉਹਦੇ ਕੰਨ ਹੁੰਦੇ ਤਦ ਉਹ ਆਵਾਜ਼ ਨੂੰ ਸੁਣ ਵੀ ਲੈਂਦਾ ਅਤੇ ਪਹਿਚਾਣ ਵੀ ਲੈਂਦਾ ਕਿ ਆਵਾਜ਼ ਕਿਹੜੀ ਕੀ ਆਖਦੀ ਆ। ਅੱਜ ਅਸੀਂ ਇਸ ਮਿਨਿਸਟਰੀ ਦੇ ਥੱਲੇ ਬੈਠੇ ਹਾਂ, ਇਸ ਪ੍ਰਕਾਸ਼ਨ ਨੂੰ ਜੇ ਜਾਣਿਆ ਸੀ, ਇਸ ਮਿਨਿਸਟਰੀ ਦੇ ਥੱਲੇ ਬੈਠ ਕੇ ਜਾਣਿਆ, ਮੈਂ ਪਰਮੇਸ਼ੁਰ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ, ਸ਼ੁਕਰ ਕਰਦਾ ਇਸ ਮਿਨਿਸਟਰੀ ਦੇ ਲਈ। ਅਸੀਂ ਇਹ ਜਾਣਦੇ ਹਾਂ ਕਿ ਪੰਜਾਬ ਦੀ ਧਰਤੀ ਉੱਤੇ ਇੱਕੋ ਵਿਅਕਤੀ ਖਲੋਤਾ ਹੈ ਜਿਹੜਾ ਸੱਚ ਦਾ ਪ੍ਰਚਾਰ ਕਰਦਾ ਹੈ, ਭਾਈ ਅੰਮ੍ਰਿਤਵੀਰ, ਇਸ ਤੋਂ ਇਲਾਵਾ ਕੁਝ ਨਹੀਂ। ਜੇ ਕਿਸੇ ਤੋਂ ਪਰਮੇਸ਼ੁਰ ਨੂੰ ਸਾਰੀ ਮਹਿਮਾ ਸਾਰਾ ਆਦਰ ਉਸੇ ਨੂੰ ਜਾਂਦਾ ਜਿਸ ਨੇ ਮੇਰੇ ਵਿਅਕਤੀ ਮੈਨੂੰ ਬਚਾਇਆ, ਮੇਰੇ ਬੱਚਿਆਂ ਨੂੰ। ਅੱਜ ਮੈਂ ਵਿਦ ਫੈਮਿਲੀ ਇਸ ਚਰਚ ਵਿੱਚ ਬੈਠਾ ਹਾਂ, ਮੇਰੇ ਚਾਰੇ ਬੱਚੇ ਇਸ ਚਰਚ ਵਿੱਚ ਆਉਂਦੇ ਆ। ਜੇ ਅੱਜ ਮੇਰਾ ਜੀਵਨ ਇੱਦਾਂ ਦਾ ਹੈ ਤਾਂ ਇਸ ਮਿਨਿਸਟਰੀ ਕਰਕੇ ਆ, ਜੇ ਉਸ ਝੂਠੇ ਪ੍ਰਚਾਰਕ ਦੇ ਥੱਲੇ ਹੁੰਦੇ ਤਾਂ ਮੈਂ ਕਦੋਂ ਦਾ ਨਰਕ ਪਹੁੰਚ ਜਾਂਦਾ, ਮੈਨੂੰ ਪਤਾ ਨਹੀਂ ਲੱਗਣਾ ਸੀ ਗੱਲਾਂ ਦਾ। ਉਹ ਪ੍ਰਕਾਸ਼ਨ ਦੀਆਂ ਗੱਲਾਂ ਕਰਦਾ, ਉਹ ਬਹੁਤ ਐਤਾਂ ਲੈਂਦਾ, ਇਹ ਲੈਂਦਾ, ਉਹ ਸਾਰੀਆਂ ਚੀਜ਼ਾਂ ਗਲਤ ਫਿੱਟ ਕਰ ਰਿਹਾ ਵਾ, ਕਿਉਂਕਿ ਉਹਦੀ ਸਮਝ ਹੀ ਗਲਤ ਹੋ ਚੁੱਕੀ ਆ। ਜਦ ਉਹਨੇ ਪੈਸੇ ਕਿਸੇ ਤੋਂ ਕਢਾਉਣੇ, ਉਹਨੇ ਇੱਕ ਹੋਰ ਵਿਅਕਤੀ ਨੂੰ ਫੜ ਲੈਣਾ ਬਾਈਬਲ ਦੇ ਵਿੱਚੋਂ, ਯਹੂਦਾ ਨੂੰ ਦੇਖਿਆ, ਯਹੂਦਾ ਧਨ ਦੇ ਪਿੱਛੇ ਦੌੜਦਾ ਰਿਹਾ, ਤੁਸੀਂ ਧਨ ਮਗਰ ਨਾ ਜਾਇਆ ਕਰੋ, ਅੱਜ ਯਹੂਦਾ ਉਹਨੂੰ ਹੀ ਲੈ ਡੁੱਬਿਆ, ਉਹ ਖੁਦ ਇੱਦਾਂ ਦਾ ਬਣ ਗਿਆ। ਅੱਜ ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਇਸ ਮਿਨਿਸਟਰੀ ਲਈ, ਇਸ ਮਿਨਿਸਟਰੀ ਦੇ ਉੱਤੇ ਕੁਝ ਵੀ ਨਹੀਂ ਹੈਗਾ, ਮੈਂ ਜਾਣਿਆ, ਤਾਂ ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ ਵਿਆਸੀ ਦੇ ਸਮਝਿਆ ਸੀ।